ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਸ਼ਹਿਰਾਂ ਦੀ ਨੁਹਾਰ ਬਦਲਣ ਦੇ ਦਾਅਵੇ ਕੀਤੇ ਜਾਂਦੇ ਨੇ, ਪਰ ਜ਼ਮੀਨੀ ਪੱਧਰ ਦੀ ਹਕੀਕਤ ਇਸ ਤੋਂ ਉਲਟ ਹੀ ਨਜ਼ਰ ਆਉਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜੈਤੋ ਵਿੱਚ, ਜਿੱਥੇ ਬੀਤੇ ਕਈ ਮਹੀਨਿਆਂ ਤੋਂ ਸੀਵਰੇਜ ਪਾਉਣ ਲਈ ਸੜਕ ਤਾਂ ਪੁੱਟ ਦਿੱਤੀ ਗਈ, ਪਰ ਇੱਥੇ ਸੀਵਰੇਜ ਪਾਉਣ ਦਾ ਕੰਮ ਅੱਧ ਵਿਚਾਲੇ ਹੀ ਲਟਕਿਆ ਹੋਇਆ, ਜਿਸ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜਾਣਕਾਰੀ ਮੁਤਾਬਿਕ ਇੱਥੇ ਸੀਵਰੇਜ ਪਾਉਣ ਲਈ ਸ਼ਾਹਪੁਰ ਜੀ ਪਲਨੌਜੀ ਕੰਪਨੀ ਦੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਸੀਵਰੇਜ ਪਾਉਣ ਦਾ ਕੰਮ ਦਿੱਤਾ ਗਿਆ ਸੀ, ਪਰ ਇਸ ਤੋਂ ਬਾਅਦ ਸੀਵਰੇਜ ਪਾਉਣ ਦਾ ਕੰਮ ਮੁਕੰਮਲ ਨਹੀਂ ਕੀਤਾ ਜਾ ਰਿਹਾ, ਜਿਸ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜੋ ਸ਼ਿਫਟ ਕਰ ਰਹੇ ਹੈ, ਅਸੀਂ ਬੰਦ ਕੀਤੀ, ਬਲਾ ਕੀਤੀ, ਪਲੱਗ ਕੀਤਾ, ਚੇਂਜ ਹੀ ਪਿਆ, ਫੋਨ ਕਰਕੇ ਪਲੱਗ ਖੁੱਲ ਗਿਆ ਸੀ, ਪਾਣੀ ਭਰ ਗਿਆ, ਪਾਣੀ ਭਰਨ ਕਰਕੇ ਉਹ ਸਾਨੂੰ 2-4 ਦਿਨ ਕੰਮ ਵਿੱਚੋਂ ਬੰਦ ਕਰਨਾ ਪਿਆ। ਇਹਨਾਂ ਨੇ ਸਾਰਾ ਕੰਮ ਫਾਟਕ ਤਿੱਕਰ ਸੇ ਕੰਮ 1.5 ਕਿਲੋਮੀਟਰ ਦਾ ਏਰੀਆ ਬਣਦਾ, ਅਤੇ ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ 3 ਮਹੀਨੇ 'ਚ ਕੰਪਲੀਟ ਕਰ ਦਾਂਗੇ, ਅਤੇ ਸਿਰਫ 50 ਫੁੱਟ ਦਾ ਟੋਟਾ ਇਹਨਾਂ ਨੇ 2 ਮਹੀਨਿਆਂ 'ਚ ਅੱਜ ਤੱਕ ਹਜੇ ਤੱਕ ਕੰਪਲੀਟ ਨਹੀਂ ਕੀਤਾ ਗਾ, ਅਤੇ ਕੰਮ ਵਿਚਾਲੇ ਬੰਦ ਕਰਕੇ ਸਾਰੀ ਮਾਰਕੀਟ ਦਾ ਕੰਮ ਠੱਪ ਕੀਤਾ ਪਿਆ। ਸਾਰੇ ਦੁਕਾਨਦਾਰ ਇਹਨਾਂ ਤੋਂ ਦੁਖੀ ਹੈ।